ਬਹੁਤ ਅਹਿਮ ਮੀਟਿੰਗ ਹੋਈ NRI, ਸਾਡੇ NRI ਮਿਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਬੈਠੇ ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤ ਦੇ ਬਹੁਤ, ਆਪਣਾ ਲੁਧਿਆਣਾ, ਮੋਗਾ, ਮੁੱਲਾਂਪੁਰ ਭਰੇ ਪਏ ਆ ਲੋਕ ਜਿਹੜੇ ਉੱਥੇ ਸਾਹਨੇਵਾਲ, ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ। ਸੋ NRI ਸਭਾ ਇੱਕ, ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ, ਅਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ, ਫਰਵਰੀ ਦੇ ਵਿੱਚ ਕਰਨੀ ਚਾਹੁੰਦੇ, 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ। ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲ, ਉਹ ਵੀ ਦਿਖਾਵਾਂਗੇ ਉਹਨਾਂ ਨੂੰ, ਤਾਂ ਕਿ NRIs ਨੂੰ ਵੀ ਪਤਾ ਲੱਗੇ ਸਾਡੇ ਕੋਲ ਵੀ ਬਹੁਤ ਕੁਛ ਇਹੋ ਜਿਹਾ ਪਿਆ ਪੰਜਾਬ ਕੋਲ ਜਿਹੜਾ ਤੁਸੀਂ ਦੇਖਿਆ ਹੀ ਨਹੀਂ, ਜਿਹੜਾ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ। ਕਦੇ ਪਠਾਨਕੋਟ 'ਚ ਚਮਰੌੜ ਵਾਲੀ ਲੇਕ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲ ਸਮੁੰਦਰ ਹੈ। 450 ਫੁੱਟ ਡੂੰਘੀ ਲੇਕ ਹੈ, 450 ਫੁੱਟ, 57 ਸਕੁਏਅਰ ਕਿਲੋਮੀਟਰ ਦਾ ਏਰੀਆ ਹੈ। ਸੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ। ਅੱਧਿਆਂ ਤੋਂ ਵੱਧ ਤਾਂ ਇਹ ਕਹਿਣਗੇ ਜੀ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ, ਅਸੀਂ ਤਾਂ ਇੱਥੇ ਕੰਮ ਕਰਾਂਗੇ। ਸੋ NRIs ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ, ਦਿੱਲੀ ਏਅਰਪੋਰਟ 'ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ, ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ, ਉਹਦੀ ਵਿੰਡੋ ਬਾਹਰ ਵੀ ਖੁੱਲੂਗੀ, ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ। ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ, ਕੋਈ ਦਿੱਕਤ ਆਉਂਦੀ ਹੈ ਉੱਥੇ, ਕਿਸੇ ਦੀ ਫਲਾਈਟ ਕੈਂਸਲ ਹੋ ਗਈ, ਕਿਸੇ ਦਾ ਸਮਾਨ ਨਹੀਂ ਆਇਆ, ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ, ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ, ਕਿ ਕਿੱਥੇ ਰਹਿਣਾ, ਕੀ ਹੋ ਗਿਆ, ਧੁੰਦ ਪੈ ਗਈ ਜਾਂ ਕੁਛ ਵੀ ਹੋ ਗਿਆ, ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਅਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ। ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ, ਕੋਈ ਟਿਕਟਿੰਗ ਦਾ, ਕੋਈ ਫਲਾਈਟ ਚੇਂਜ ਕਰਨੀ ਹੈ, ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋੜ ਪਈ ਜੇ ਏਅਰਲਾਈਨ ਦਿੰਦੀ ਹੈ ਹੋਟਲ ਤਾਂ ਏਅਰਲਾਈਨ, ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ। ਉਹ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ 9 ਵਜੇ ਫਲਾਈਟ ਹੈ। ਬਹੁਤ ਸਾਰੇ ਬੱਚਿਆਂ ਨਾਲ ਹੁੰਦੇ ਆ, ਬਹੁਤ ਸਾਰੇ ਬਜ਼ੁਰਗ ਹੁੰਦੇ ਆ, ਉੱਥੇ ਖੱਜਲ ਖੁਆਰੀ ਬਹੁਤ ਹੁੰਦੀ ਹੈ। ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ੍ਹ ਰਿਹਾ ਦਿੱਲੀ ਏਅਰਪੋਰਟ 'ਤੇ, ਇੰਟਰਨੈਸ਼ਨਲ ਏਅਰਪੋਰਟ 'ਤੇ, Terminal 3 'ਤੇ, ਅਰਾਈਵਲ 'ਤੇ ਉੱਥੇ, ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਅਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ 'ਤੇ ਆਏ ਨੇ ਉਹ ਨਹੀਂ ਆਏ ਬਾਹਰ ਅਜੇ, ਕੀ ਦਿੱਕਤ ਹੈ, ਤਾਂ ਉਹ ਅਫਸਰ ਉਹਨਾਂ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ, ਉਹ ਫਾਰਮ ਭਰ ਰਹੇ ਨੇ, ਕੋਈ ਸਮਾਨ ਨਹੀਂ ਆਇਆ ਜਾਂ ਵਟ ਐਵਰ, ਜੋ ਵੀ ਦਿੱਕਤ ਆਈ ਹੈ। ਸੋ ਹੈਲਪ ਸੈਂਟਰ ਇੱਕ ਦਿੱਲੀ ਦੇ Terminal 3 'ਤੇ ਖੋਲ੍ਹਿਆ ਜਾਊਗਾ। ਇੱਕ NRI ਡਿਪਾਰਟਮੈਂਟ ਦੇ ਵਿੱਚ ਟਰੈਵਲ ਏਜੰਟਾਂ 'ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ। NRI ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਏਜੰਟਾਂ 'ਤੇ ਜਿਹੜੀ ਸਟ੍ਰਿਕਟ ਐਕਸ਼ਨ ਲੈਣਗੇ। ਅਤੇ ਨਾਲ ਇੱਕ ਬਹੁਤ, ਤੁਸੀਂ, ਮੈਂ ਤਾਂ ਜਦੋਂ ਤੋਂ MP ਬਣਿਆ ਮੇਰੇ ਤਾਂ ਉਦੋਂ ਤੋਂ ਹੀ ਕਰ ਰਿਹਾ, ਇੱਕ ਇਹ ਵੀ ਕੰਮ ਬਣਾਤਾ ਕਿ ਬਹੁਤ ਵੱਡਾ ਕੰਮ ਬਣਾਤਾ, ਡੈੱਡ ਬੋਡੀ ਮੰਗਵਾਉਣੀ। ਤੁਸੀਂ ਇਹਨਾਂ ਕੈਮਰਿਆਂ ਰਾਹੀਂ ਬਹੁਤ ਵਾਰੀ ਦਿਖਾਇਆ ਹੋਊਗਾ, ਮੈਂ MP ਦੇ ਤੌਰ 'ਤੇ ਬਹੁਤ ਸੇਵਾ, ਮੈਂ ਕਹੂੰਗਾ ਇਹਨੂੰ ਇਹ ਕੰਮ ਨਹੀਂ, ਪਰ ਕੰਮ ਲੋਕ ਆਏ ਸੀ ਸਾਡਾ, ਇੱਕ ਕੰਮ ਕਰਾ ਦਿਓ ਜੀ, ਮੈਨੂੰ ਬੜਾ ਦੁੱਖ ਹੁੰਦਾ ਸੀ ਯਾਰ ਡੈੱਡ ਬੋਡੀ ਮੰਗਵਾਉਣੀ ਵੀ ਕੰਮ ਹੋ ਗਿਆ। ਸੋ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਕੋਲ ਅਸਲ 'ਚ ਪੰਜਾਬ 'ਚ, ਅਤੇ ਉੱਥੇ ਉਹ ਐਕਸਟਰਨਲ ਅਫੇਅਰ ਮਿਨਿਸਟਰੀ ਕੋਲ ਹੈ, ਵਿਦੇਸ਼ ਮੰਤਰਾਲੇ। ਸੋ ਇਹਦਾ ਅਸੀਂ ਚਾਰਜ ਜਿਹੜਾ ਉਹ NRI ਮਿਨਿਸਟਰੀ ਨੂੰ ਦੇਵਾਂਗੇ, ਤਾਂ ਕਿ ਕੋਈ ਇਹਨਾਂ ਕੋਲ ਆਉਂਦੇ ਨੇ ਲੋਕ ਕਿ ਜੀ ਇੱਦਾਂ ਕਰਕੇ ਭਾਣਾ ਵਾਪਰ ਗਿਆ, ਰੱਬ ਨਾ ਕਰੇ ਕੋਈ ਇੱਦਾਂ ਦਾ ਹੋਵੇ, ਅਤੇ ਡੈੱਡ ਬੋਡੀ ਮੰਗਵਾਉਣੀ ਹੈ ਜਾਂ ਕੋਈ ਹੋਰ, ਘਰਦੇ ਕਹਿੰਦੇ ਚਲੋ ਮਿੱਟੀ ਦੇਖ ਲਈਏ, ਰਸਮਾਂ ਕਰ ਲਈਏ ਅੰਤਮ, ਉਹਦੇ ਵਾਸਤੇ ਵੀ ਅੱਜ ਫੈਸਲਾ ਕੀਤਾ ਗਿਆ ਕਿ NRI ਡਿਪਾਰਟਮੈਂਟ ਨੂੰ ਉਹ ਪਾਵਰਾਂ ਦੇ ਦਿੱਤੇ ਜਾਣਗੀਆਂ, ਤਾਂ ਕਿ
ਕਿਸੇ ਦੀ ਮਿੱਟੀ ਨਾ ਰੁੜੇ ਉੱਥੇ। ਅਤੇ ਜੇ ਕੋਈ ਇੱਦਾਂ ਦਾ ਮੰਦਭਾਗੀ ਘਟਨਾ ਹੋ ਗਈ ਕਿ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਜ਼ੁਰਗ ਜਾਂ ਕੋਈ ਕੋਈ ਵੀ ਕਿਸੇ ਕਿਸਮ ਦੀ ਕੋਈ ਕੈਜੁਅਲਟੀ ਹੋ ਗਈ, ਤੁਹਾਨੂੰ ਉੱਥੇ ਬੁਲਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਆਪਣੀਆਂ ਰਸਮਾਂ ਕਰਨ ਦਾ ਮੌਕਾ।